ਨਹੀਂ ਦੱਸ ਦਿਓ ਅੱਜ ਮੁੰਡੇ ਦਾ ਡੋਰ ਫ੍ਰੀ ਜਿਹੜੀ ਹੋਵੇ ਜਿਹੜੀ ਚਾਈਨਾ ਡੋਰ ਆ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਇਸ ਡੋਰ ਦੇ ਉੱਤੇ ਪਾਬੰਦੀ ਹੈ ਪਾਬੰਦੀ ਸ਼ੁਦਾ ਹੋਣ ਦੇ ਬਾਵਜੂਦ ਵੀ ਜਲੰਧਰ ਸ਼ਹਿਰ ਦੇ ਵਿੱਚ ਇਹ ਡੋਰ ਜਿਹੜੀ ਆ ਢਲੇ ਨਾ ਵੇਖੀ ਅਸੀਂ ਯੂਥ ਨੂੰ ਬੜੀ ਵਾਰੀ ਕਹਿ ਚੁੱਕੇ ਹਾਂ ਹਰੇਕ ਪੇਰੈਂਟਸ ਨੂੰ ਵੀ ਅਸੀਂ ਕਿਹਾ ਵੀ ਜਿਹੜੀ ਤੁਸੀਂ ਡੋਰ ਹੈ ਬੱਚਿਆਂ ਨੂੰ ਨਾ ਲੈ ਕੇ ਦਿਓ ਅੱਜ ਜਿਹੜਾ ਵਾਕਿਆ ਸਿਵਲ ਹੋਸਪਿਟਲ ਦੇ ਵਿੱਚ ਹੋਇਆ ਉਹਦੇ ਵਿੱਚ ਜਿਹੜੀ ਡੋਰ ਆ ਗਰਦਨ 'ਤੇ ਫਿਰੀ ਆ ਸਾਡੇ ਬੱਚੇ ਦੇ ਅਤੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਇਸ਼ਾਂਤ ਸ਼ਰਮਾ ਹਾਂਜੀ ਦੱਸ ਦਿਓ ਅੱਜ ਮੁੰਡੇ ਦੇ ਡੋਰ ਫ੍ਰੀ ਜਿਹੜੀ ਉਹਦੇ ਬਾਰੇ ਜਿਹੜੀ ਚਾਈਨਾ ਡੋਰ ਆ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਇਸ ਡੋਰ ਦੇ ਉੱਤੇ ਪਾਬੰਦੀ ਹੈ ਪਾਬੰਦੀ ਸ਼ੁਦਾ ਹੋਣ ਦੇ ਬਾਵਜੂਦ ਵੀ ਜਲੰਧਰ ਸ਼ਹਿਰ ਦੇ ਵਿੱਚ ਇਹ ਡੋਰ ਜਿਹੜੀ ਆ ਢਲੇ ਨਾ ਵੇਖੀ ਅਸੀਂ ਯੂਥ ਨੂੰ ਬੜੀ ਵਾਰੀ ਕਹਿ ਚੁੱਕੇ ਹਾਂ ਹਰੇਕ ਪੇਰੈਂਟਸ ਨੂੰ ਵੀ ਅਸੀਂ ਕਿਹਾ ਵੀ ਜਿਹੜੀ ਤੁਸੀਂ ਡੋਰ ਹੈ ਬੱਚਿਆਂ ਨੂੰ ਨਾ ਲੈ ਕੇ ਦਿਓ ਅੱਜ ਜਿਹੜਾ ਵਾਕਿਆ ਸਿਵਲ ਹੋਸਪਿਟਲ ਦੇ ਵਿੱਚ ਹੋਇਆ ਉਹਦੇ ਵਿੱਚ ਜਿਹੜੀ ਡੋਰ ਆ ਗਰਦਨ 'ਤੇ ਫਿਰੀ ਆ ਸਾਡੇ ਬੱਚੇ ਦੇ ਅਤੇ ਉਸਦੇ ਤਕਰੀਬਨ 8 ਤੋਂ 10 ਟਾਂਕੇ ਲੱਗੇ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਜਿਹੜੇ ਦੁਕਾਨਦਾਰ ਚੰਦ ਪੈਸਿਆਂ ਦੀ ਲਾਲਚ 'ਚ ਚਾਈਨਾ ਡੋਰ ਵੇਚ ਰਹੇ ਆ ਚਾਈਨਾ ਡੋਰ ਦਾ ਵਪਾਰ ਕਰ ਰਹੇ ਆ ਇਹਨਾਂ ਦੇ 188 ਦੇ ਨਾਲ ਨਾਲ ਐਨੀਮਲ ਐਕਟ ਔਰ ਇਹਨਾਂ 'ਤੇ ਇਹੋ ਜਿਹੀ ਧਾਰਾ ਲਾਈ ਜਾਵੇ ਜਿਹਦੇ ਵਿੱਚ ਇਹਨਾਂ ਦਾ ਤੁਰੰਤ ਜਿਹੜੀ ਆਪਣਾ ਜ਼ਮਾਨਤ ਹੋ ਜਾਂਦੀ ਆ ਪ੍ਰਸ਼ਾਸਨ ਵੱਲੋਂ ਜਦੋਂ ਵੀ ਡੋਰ ਫੜੀ ਜਾਂਦੀ ਆ 188 ਦਾ ਪਰਚਾ ਦਿੱਤਾ ਜਾਂਦਾ ਜਿਹਦੇ 'ਚ ਉਸੇ ਵੇਲੇ ਜ਼ਮਾਨਤ ਹੋ ਜਾਂਦੀ ਹੈ ਦੁਕਾਨਦਾਰ ਦੇਖਦੇ ਹੋਏ ਇਸ ਡੋਰ ਨੂੰ ਫਿਰ ਧੜੱਲੇ ਨਾਲ ਵੇਚਣਾ ਸ਼ੁਰੂ ਕਰ ਦਿੰਦਾ ਕਿਉਂਕਿ ਜਦੋਂ ਤੱਕ ਇੱਥੇ ਕੋਈ ਕਾਨੂੰਨ ਇਹੋ ਜਿਹਾ ਨਹੀਂ ਬਣਦਾ ਵੀ ਜਿਹਦੇ ਵਿੱਚ ਮੌਕੇ 'ਤੇ ਜ਼ਮਾਨਤ ਨਾ ਹੋਵੇ ਫਿਰ ਹੀ ਇਹ ਡੋਰ ਨੂੰ ਆਪਾਂ ਰੋਕ ਸਕਦੇ ਹਾਂ ਨਹੀਂ ਤਾਂ ਜਿਹਦੀਆਂ ਘਟਨਾਵਾਂ ਕੋਈ ਪੰਛੀ ਅਸੀਂ ਦੇਖ ਰਹੇ ਹਾਂ ਕੋਈ ਕਬੂਤਰ ਜਿਹੜੇ ਆ ਜਾਨਵਰ ਬੜੀ ਇਹਦੀ ਉਹਦੇ ਵਿੱਚ ਆ ਰਹੇ ਆ ਕੱਲ੍ਹ ਵੀ ਸਾਡੇ ਇੱਕ ਦੋਸਤ ਫੇਸਬੁੱਕ 'ਤੇ ਲਾਈਵ ਸੀ ਉਹਨਾਂ ਦੀ ਪੱਗ ਦੇ ਉੱਤੇ ਡੋਰ ਫਿਰੀ ਤਾਂ ਪੱਗ ਦੇ ਵਿੱਚ ਕਾਫੀ ਨੁਕਸਾਨ ਹੋਇਆ ਬਹੁਤ ਗੱਤ ਹਾਂਜੀ ਕੀ ਨਾਮ ਤੁਹਾਡਾ ਕੀ ਗੱਲ ਹੋਈ ਸੀ ਤੁਹਾਡੇ ਕਿੱਦਾਂ ਫਿਰੀ ਡੋਰ ਕਿੱਥੇ ਜਾ ਰਹੇ ਸੀ ਤੁਸੀਂ ਕਿੱਥੇ ਰਹਿੰਦੇ ਅਤੇ ਤੁਹਾਨੂੰ ਦਿਖੀ ਨਹੀਂ ਡੋਰ ਹਾਂਜੀ ਸਰ ਦੱਸ ਦਿਓ ਜਿਹੜਾ ਅੱਜ ਬੰਦੇ ਦਾ ਗਲਾ ਵੱਢ ਹੋਇਆ ਚਾਈਨਾ ਡੋਰ ਨਾਲ ਥੋੜ੍ਹਾ ਦੇ ਬਾਰੇ ਮੁੰਡਾ ਇੱਕ ਆਇਆ ਸੀ ਉਹਦੇ ਚਾਈਨਾ ਡੋਰ ਦੇ ਨਾਲ ਗਲੇ 'ਤੇ ਕੱਟ ਸੀਗਾ ਅਤੇ ਸਾਰੇ ਪਾਸੇ 'ਤੇ ਇਹ ਬਚਾਅ ਹੋ ਗਿਆ ਉੱਪਰ ਉੱਪਰ ਸੀਗਾ ਸਕਿਨ ਕੱਟੂ ਸੀ ਸਟਿਚ ਲਾ ਕੇ ਉਹਦੇ ਅਤੇ ਬਸ ਛੱਡ ਦਿੱਤੇ ਫਿਰ ਤੋਂ ਕਿੰਨੇ ਕੁ ਸਰ ਸਟਿਚ ਲੱਗੇ ਸਟਿਚ ਲਾਏ 10 ਸਟਿਚ ਲਾਏ ਟੋਟਲ ਠੀਕ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨ ਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ